ਫਾਰਮ ਬਣਾਉਣ ਦੀ ਸਕੀਮ ਆ, ਤਾਂ ਤੁਹਾਨੂੰ ਸਕੀਮ ਇਹੋ ਜਿਹੀ ਦਊਂਗਾ, ਦਿਮਾਗ 'ਚ ਆਈਡੀਆ ਤੁਹਾਡੇ ਇਹੋ ਜਿਹਾ ਪਾਊਂਗਾ ਕਿ ਤੁਸੀਂ ਨਵਾਂ ਜੇ ਫਾਰਮ ਬਣਾਉਣਾ ਸੌਖੀ ਸੌਖਾ ਯਾਰ, ਹਰੇਕ ਪਾਸੇ ਸੌਖਾ ਹੈ ਮਾਮਾ ਜੀ। ਮੈਂ ਗੱਲ ਕਰਦਾ ਸੀ ਵੀ ਜੇ ਕਿਸੇ ਨੇ ਨਵਾਂ ਫਾਰਮ ਬਣਾਉਣਾ ਅਤੇ ਉਹਦੇ ਵਾਸਤੇ ਇੱਕ ਆਈਡੀਆ ਜਿਹੜਾ ਆਪਣੇ ਦਿਮਾਗ 'ਚ ਆਇਆ, ਮੇਰੇ ਦਿਮਾਗ 'ਚ ਆਇਆ, ਉਹ ਇਹ ਆ ਵੀ ਜੇ ਇਹ ਵੀਡੀਓ ਦੇਖ ਕੇ ਉਹ ਸੈਟਅਪ ਲਾ ਲਵੇ, ਛੋਟਾ ਲਾ ਲੇ ਚਾਹੇ ਮੱਥੇ ਹੱਥ ਨਹੀਂ ਮਾਰਦਾ ਕਿਸੇ ਗੱਲ। ਹਾਂ ਤੂੰ ਦੇਖ ਲਾ ਵੀ ਇਹਨੂੰ ਜਿੰਨੇ ਫਾਰਮ ਤੇ ਬੰਦੇ ਫਿਰਦੇ ਆ, ਹਾਂਜੀ, ਉਹ ਬੜੇ ਆਰਾਮ ਨਾਲ ਕੋਈ ਪਰੇਸ਼ਾਨੀ ਨਹੀਂ ਆ ਗੋਹਾ ਚੱਕਦੇ ਆ। ਆ ਇਹਨਾਂ ਨੇ ਹਰੇਕ ਖੁੱਲਦਾ ਕਰਤਾ, ਆਹ ਦੇਖ ਬੈਰੰਗੀ ਲੱਗੇ ਆ, ਇਹਨੂੰ ਤਾਂ ਨੂੰ ਚੱਕਦੇ, ਆਹ ਖੁੱਲਦਾ, ਖੁੱਲ ਗਿਆ, ਇੱਧਰ ਨੂੰ ਖੁੱਲ ਗਿਆ, ਹਾਂਜੀ, ਜੇ ਇਹਨੂੰ ਆਹ ਲਾ ਦੇ ਆਹ ਚੱਕਦੇ, ਇਹ ਇੱਧਰ ਨੂੰ ਖੁੱਲਦਾ, ਇਹ ਸਾਰੇ ਆਹ ਦੇਖ ਚਾਰ ਚਾਰ ਤਿੰਨ ਤਿੰਨ ਡੰਬੇ ਆ ਜੀ, ਇਹ ਸਾਰੇ ਖੁੱਲਦੇ ਆ, ਇਹ ਸਾਰੇ ਖੁੱਲਦੇ ਆ। ਜੇ ਤਾਂ ਇਹਨਾਂ ਨੇ ਵਾਹਣਾ ਇਹਨੂੰ ਜੀ ਐ ਟਰੈਕਟਰ ਨਾਲ ਆ ਕੱਚੇ ਥਾਂ ਨੂੰ, ਤਾਂ ਇਹ ਸਾਰੇ ਖੋਲ ਕੇ ਇਹਨੂੰ ਵਾਹ ਦਿੰਦੇ ਆ ਐਵੇਂ ਆਈ ਬਿਆਬਾ ਆ ਜਾਂਦਾ, ਇਹਨੂੰ ਆ ਗੋਹਾ ਚੱਕਦੇ ਆ ਦੇਖ, ਹੁਣ ਟਰੈਕਟਰ ਧੱਕੀ ਜਾਂਦਾ ਗੋਹਾ, ਹਾਂ ਦਿਲ ਟਰੈਕਟਰ ਧੱਕੀ ਜਾਂਦਾ ਗੋਹਾ, ਆ ਖੋਲਦੇ ਜਾਂਦੇ ਆ ਤੇ ਆਏ ਮੱਝਾਂ ਵੀ ਆਈ ਖੜੀਆਂ ਇਹਨਾਂ ਦੀਆਂ, ਆਈ ਖੋਲਦੇ ਗਏ ਉਹ ਜਦੋਂ ਟਰੈਕਟਰ ਲੰਘ ਜਾਂਦਾ ਉਵੇਂ ਹੀ ਧੱਕਦੇ ਜਾਂਦੇ, ਜਿਹੜਾ ਆਪਾਂ ਇੱਥੇ ਫਿਰਦੇ ਹਾਂ, ਇੱਥੇ ਇਹਨਾਂ ਨੇ ਝਾੜੂ ਮਾਰ ਕੇ, ਇਹਨਾਂ ਕੋਲ ਟਰੈਕਟਰ ਵਾਲਾ ਹੀ ਝਾੜੂ ਆ, ਆਪਾਂ ਕਿਉਂਕਿ ਪੈਰਾਂ ਨਾਲ ਇੱਥੇ ਮਿੱਟੀ ਲਾ ਰਹੇ ਹਾਂ, ਇਹਨਾਂ ਨੇ ਮਾਰ ਕੇ ਝਾੜੂ ਸਾਫ਼ ਕਰਕੇ ਇਹਨੂੰ ਪੂਰੀ ਤਸੱਲੀ ਨਾਲ, ਤੇ ਇੱਥੇ ਪੱਠੇ ਪਾ ਦੇਣੇ ਆ, ਮੱਝਾਂ ਇੱਥੇ ਪੱਠੇ ਖਾ ਲੈ, ਇੱਥੇ ਪੱਠੇ ਖਾਣਗੀਆਂ ਸਹੀ ਆ, ਥਾਂ ਤੇ ਪੱਠੇ, ਫਿਰ ਜਿਹੜਾ ਇੱਥੋਂ ਦੀ ਆ ਟਰੈਕਟਰ ਲੰਘਦਾ ਕਰਕੇ ਉਹ ਜਿਹੜਾ ਇਹਨਾਂ ਦਾ ਉਹ ਘੁਕਣ ਜੇ ਵਾਲਾ ਐ ਜੇ ਵਾਲਾ, ਉਹਦੇ ਨਾਲ ਪੱਠੇ ਆਈ ਪੈ ਜਾਂਦੇ ਆ। ਚਲੋ ਜੇ ਕਹਿੰਦੇ ਟੋਕਰਾਂ ਨੇ ਪਾਉਣੇ ਵੀ ਛੋਟਾ ਹੈ ਕੰਮ, ਮੰਨ ਕੇ ਚਲੋ ਐਡਾ ਹੀ ਫਾਰਮ ਪਾਇਆ ਉਹਨੇ, ਅੱਜ ਤੂੰ ਅੱਧੇ ਤੋਂ ਅੱਧਾ ਹੀ ਆ, ਤਾਂ ਉਹਨੇ ਫਿਰ ਤੂੰ ਹੋਰ ਦੇਖ ਇੱਕ ਚੀਜ਼, ਆਪਾਂ ਆਮ ਜਿਹੜੇ ਘਰੇ ਆਪਾਂ 5-7 ਪਸ਼ੂ ਰੱਖਦੇ ਹਾਂ, ਹਾਂਜੀ, ਤਾਂ ਆਪਾਂ 5-7 ਪਸ਼ੂ ਇੰਨੇ ਥਾਂ 'ਚ ਆਪਣੇ ਬੰਨੇ ਹੁੰਦੇ ਆ, ਸਹੀ ਹੈ, ਮੰਨ ਲਾ ਵੀ ਇੰਨੇ ਥਾਂ 'ਚ ਆਪਣੇ 7-8 ਪਸ਼ੂ ਰੱਖੇ ਹੁੰਦੇ ਆ ਤੇ ਇੰਨੇ ਥਾਂ 'ਚ ਆਪਣੇ ਬੰਨੇ ਹੁੰਦੇ ਆ, ਸਹੀ ਹੈ, ਇਹਨਾਂ ਨੇ ਇੰਨੇ ਥਾਂ 'ਚ ਬਗਲ ਬਣਾ ਕੇ ਇੰਨੇ ਹੀ ਪਸ਼ੂ ਆ, ਜਿੰਨੇ ਥਾਂ 'ਚ ਆਪਣੇ ਬੰਨੇ ਹੁੰਦੇ ਇਹਨਾਂ ਦੇ ਖੁੱਲੇ ਆ, ਹਾਂ ਇਹਨਾਂ ਦੇ ਖੁੱਲੇ ਥਾਂ, ਤਾਂ ਮਤਲਬ ਜੇ ਆਪਾਂ ਫਾਰਮ ਵੱਡਾ ਜੀ ਪਰ ਮੱਝਾਂ ਦੀ ਗਿਣਤੀ ਦੇ ਹਿਸਾਬ ਨਾਲ ਤਾਂ ਨਹੀਂ ਵੱਡਾ, ਮੱਝਾਂ ਦੀ ਗਿਣਤੀ ਦੇ ਹਿਸਾਬ ਨਾਲ ਤਾਂ ਇੰਨੇ ਥਾਂ 'ਚ ਹੀ ਆਪਣੇ 7-8 ਪਸ਼ੂ ਬੰਨੇ ਹੁੰਦੇ ਆ, ਇੰਨੇ ਥਾਂ 'ਚ ਹੀ ਆ। ਹੁਣ ਜਿਹੜਾ ਪਸ਼ੂ ਇੰਨਾ ਖੁੱਲ੍ਹਾ ਉਹਦੇ ਅਗਰੈਸ਼ਨ ਦਾ ਵੀ ਇਰੀਟੇਸ਼ਨ ਦਾ ਵੀ ਫਰਕ ਤਾਂ ਪੈਣਾ ਹੀ ਆ, ਵੀ ਉਹਨੇ ਓਨਾ ਅੱਕਣਾ ਨੀ ਗਾ, ਉਹਨੇ ਖੁਸ਼ ਰਹਿਣਾ, ਜਿਹਦੀ ਜਿਹਦੇ ਨਾਲ ਬਣਦੀ ਆ ਉਹਦੇ ਕੋਲ ਜਾ ਕੇ ਖੜ ਜੂਗੀ, ਗੱਲ ਕਰ ਲੂਗੀ, ਦੁੱਖ ਸੁੱਖ ਕਰ ਲੈਣਗੇ, ਸਹੀ ਆ। ਆਹ ਹੁਣ ਆਹ ਨਾ ਇਹਨਾਂ ਦਾ ਦੁੱਧ ਦਾ ਧਾਰਾਂ ਦਾ ਵੇਲਾ ਹੋਇਆ, ਅੱਛਾ, ਇਹਨਾਂ ਦੇ ਬੱਚੇ ਆ ਜਿਹੜੇ ਉੱਧਰ ਆ, ਉਹ ਹੁਣ ਦੇਖ ਲਾ ਵੀ ਧਾਰ ਵੇਲੇ ਇਹ ਹੁਣ ਰਿੰਗੀ ਜਾਂਦੇ ਹਨਾ, ਤੇ ਫਾਰਮ ਤੇ ਫਿਰ ਇਹਨਾਂ ਨੇ ਜਿਹੜਾ ਪਾਣੀ ਵਾਲਾ ਸਿਸਟਮ ਆ ਦੇਖ, ਹਾਂਜੀ, ਗੋਹਾ ਚੱਕਣ ਵਾਲਾ ਹੋ ਗਿਆ, ਆ ਇਹਨਾਂ ਦਾ ਪਾਣੀ ਵਾਲਾ ਸਿਸਟਮ ਆ, ਇਹਦੇ 'ਚ ਥੱਲੇ ਉੱਥੋਂ ਖਾਲੀ ਹੁੰਦਾ, ਉੱਧਰਲੇ ਪਾਸੇ ਜਿਹੜਾ ਹੌਜ ਵਿਚਾਲੇ ਬਣਿਆ ਨਾ ਉਹਦੇ ਵਿੱਚ ਲੱਗਿਆ ਹੋਇਆ ਬੁਲਬੁਲਾ ਜਿਹਾ, ਜਿੰਨਾ ਪਾਣੀ ਮੱਝਾਂ ਨੇ ਪੀ ਲਿਆ ਜੀ ਉਹ ਬੁਲਬੁਲਾ ਜਿਹਾ ਮਤਲਬ ਹਟ ਜਾਂਦਾ ਟੂਟੀ ਤੋਂ ਪਾਸੇ, ਜਦੋਂ ਨੀਵਾਂ ਹੋ ਗਿਆ ਤਾਂ ਟੂਟੀ ਆਟੋਮੈਟਿਕ ਚੱਲ ਪੈਂਦੀ ਆ, ਖੁਰਨੀ ਭਰ ਜਾਂਦੀ ਆ ਪਾਣੀ ਨਾਲ, ਜਦੋਂ ਉਹ ਖੁਰਨੀ ਡੁੱਲਣ ਵਾਲੀ ਹੁੰਦੀ ਆ ਜੀ ਉਦੋਂ ਉਹ ਆਟੋਮੈਟਿਕ ਹੀ ਬੰਦ ਹੋ ਜਾਂਦਾ, ਨਾ ਤਾਂ ਪਸ਼ੂ ਨੂੰ ਤਾਜ਼ਾ ਪਾਣੀ ਮੁੱਕਦਾ, ਆਪਦੀ ਮਰਜ਼ੀ ਨਾਲ ਪੱਠੇ ਖਾ ਕੇ ਆਪੇ ਪਾਣੀ ਪੀ ਜਾਂਦੇ ਆ, ਆਪੇ ਹੋਈ ਜਾਂਦੇ ਆ। ਜਿਹੜੇ ਇੱਥੋਂ ਤੱਕ ਵੀ ਆ ਯਾਰ, ਅੱਜ ਕੱਲ੍ਹ ਤਾਂ ਇੰਨੀ ਟੈਕਨੋਲੋਜੀ ਆ, ਹਾਂਜੀ, ਵੀ ਤੁਸੀਂ ਫੁਹਾਰੇ ਵੀ ਟੈਂਪਰੇਚਰ ਤੇ ਸੈੱਟ ਕਰ ਸਕਦੇ ਆ, ਵੀ ਜਦੋਂ ਤੁਹਾਡੇ ਫਾਰਮ ਦਾ ਟੈਂਪਰੇਚਰ ਇੰਨਾ ਹੋ ਜਾਏ ਉਦੋਂ ਫੁਹਾਰੇ ਚੱਲ ਪੈਣ, ਜਦੋਂ ਇੰਨਾ ਹੋ ਜਾਏ ਉਦੋਂ ਬੰਦ ਹੋ ਜਾਣ।
ਪੱਖੇ ਵੀ ਤੁਸੀਂ ਟੈਂਪਰੇਚਰ ਤੇ ਸੈੱਟ ਕਰ ਸਕਦੇ ਆ ਵੀ ਇੰਨਾ ਹੋ ਜੇ ਉਦੋਂ ਚੱਲ ਪੈਣ, ਜਦੋਂ ਇੰਨਾ ਹੋ ਜੇ ਉਦੋਂ ਬੰਦ ਹੋ ਜਾਏ, ਹਨਾ? ਸਹੀ ਹੈ। ਤਾਂ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਆ ਵੀ ਇਹੋ ਜਿਹੀਆਂ ਸੈਂਸਰ ਸੁੱਚਾਂ ਆਈਆਂ ਹੋਈਆਂ ਵੀ ਮਤਲਬ ਬੰਦਿਆਂ ਨਾਲੋਂ ਜ਼ਿਆਦਾ ਮੈਨੇਜਮੈਂਟ ਦੀ ਲੋੜ ਆ। ਸਹੀ ਆ। ਵਾਲੇ ਬੰਦੇ ਵੀ ਨਹੀਂ ਕਈ ਵਾਰੀ ਵਧੀਆ ਮੈਨੇਜ ਕਰ ਪਾਉਂਦੇ, ਕਈ ਵਾਰੀ ਥੋੜ੍ਹੇ ਬੰਦੇ ਵੀ ਵਧੀਆ ਮੈਨੇਜ ਕਰ ਲੈਂਦੇ ਆ। ਤਾਂ ਫਾਰਮ ਮੈਨੂੰ ਯਾਰ ਇਹ ਪਾਉਣ ਵਾਲੇ ਪੱਖ ਤੋਂ ਤਾਂ ਟੈਕਨੀਕਲ ਪੱਖ ਤੋਂ ਜੀ ਬਹੁਤ ਵਧੀਆ ਲੱਗਿਆ। ਇਹ ਆ ਜਿਹੜੀਆਂ ਹੁਣ ਖੁੱਲ੍ਹੀਆਂ ਮੱਝਾਂ, ਹਾਂਜੀ, ਇਹ ਆਪਣੀਆਂ ਬੰਨੀਆਂ ਮੱਝਾਂ ਨਾਲੋਂ ਘੱਟ ਖੁਰਾਕ ਖਾ ਕੇ ਵੀ ਰਾਜੀ ਰਹਿਣੀ। ਸਹੀ ਹੈ। ਤੰਦਰੁਸਤ ਮੱਝ ਹੀ ਤੰਦਰੁਸਤ ਦੁੱਧ ਪੈਦਾ ਕਰਦੀ ਹੈ। ਤੰਦਰੁਸਤ ਸਰੀਰ 'ਚ ਤੰਦਰੁਸਤ ਮਨ ਵੱਸਦਾ ਹੈ। ਸਹੀ ਹੈ। ਤੇ ਤੰਦਰੁਸਤੀ ਖੁੱਲ੍ਹੇਪਣ 'ਚ ਹੈਗੀ ਹੈ। ਹੈਂ? ਨਹੀਂ ਸਹੀ ਹੈ। ਤੇ ਇਹ ਇਹਨਾਂ ਨੇ ਇਹਨਾਂ ਨੂੰ ਦਿੱਤਾ, ਇਹ ਵਧੀਆ ਦਿੱਤਾ ਉਹ ਚੀਜ਼ ਦਾ ਕਰਕੇ ਤੂੰ ਦੇਖ ਲੈ ਵੀ ਇਹ ਨਾ ਵਾਲੀਆਂ ਡਰਪੋਕ ਆ ਆਪਾਂ ਬਗਾਨੇ ਬੰਦਿਆਂ ਨਾਲ ਇਹ ਕਰਦੀਆਂ, ਇਹ ਆਪਣੇ ਨਾਲ ਵੀ ਵਧੀਆ ਬਿਹੇਵ ਕਰਦੀਆਂ, ਹਨਾ? ਸਹੀ ਗੱਲ ਹੈ। ਤੇ ਛੋਟੀ ਛੋਟੀ ਉਮਰ, ਚਲੋ ਇਹਨਾਂ ਨੇ ਬਰੀਡ ਤਾਂ ਚੰਗੀ ਸਾਂਭੀ ਆ, ਸਾਂਭਣ ਦਾ ਤਰੀਕਾ ਵੀ ਚੰਗਾ, ਤਰੀਕਾ ਵੀ ਚੰਗਾ, ਤਰੀਕਾ ਵੀ ਚੰਗਾ। ABC ਸੀਮਨ ਵਾਲਿਆਂ ਦੇ ਆਪਾਂ ਆਂਧਰਾ ਪ੍ਰਦੇਸ਼ ਦੇ ਵਿੱਚ ਆਏ ਹਾਂ ਜੀ, ਤੇ ਮਨ ਕੀਤਾ ਵੀ ਆਪਾਂ ਆਹ ਫਾਰਮਰਾਂ ਦੇ ਨਾਲ ਇਹ ਤਰੀਕਾ ਸਾਂਝਾ ਕਰੀਏ। ਜੇ ਸਾਡਾ ਮਨ ਕੀਤਾ ਸਾਂਝਾ ਕਰਨ ਦਾ, ਤੇ ਫਿਰ ਮੇਰੇ ਹਿਸਾਬ ਨਾਲ ਸਾਂਝਾ ਕਰਨ ਦਾ ਮਨ ਦੇਖਣ ਵਾਲੇ ਦਾ ਵੀ ਹੋਇਆ ਹੋਊਗਾ, ਹੋਇਆ ਹੋਊਗਾ, ਹਨਾ? ਤੇ ਸਾਂਝਾ ਤੁਸੀਂ ਐਂ ਕਰੋ, ਫੁਰਤੀ ਨਾਲ ਆਪਦੀ ਮਾਸੀ ਦੇ ਮੁੰਡੇ, ਭੂਆ ਦੇ ਮੁੰਡੇ, ਚਾਚੇ ਦੇ ਮੁੰਡੇ, ਤਾਏ ਦੇ ਮੁੰਡੇ, ਉਹਨੂੰ ਇਹ ਵਟਸਐਪ ਤੇ ਵੀਡੀਓ ਭੇਜ ਦਿਓ। ਹਾਂ, ਹੁਣੇ ਭੇਜ ਦਿਓ, ਭੇਜ ਦਿਓ, ਜਿਹੜਾ ਰਹਿ ਗਿਆ ਮੁਕਾਓ ਯਾਰ ਟਾਈਮ ਨਾਲ, ਫਿਰ ਬਾਕੀ ਦਾ ਕੰਮ ਤੁਸੀਂ ਕਰਨ ਵਾਲੇ ਪਾਉਣਾ। ਹਾਂ, ਸਹੀ ਹੈ। ਤੇ ਚੈਨਲ ਜਿਹੜਾ ਆਪਣੇ ਬੰਦੇ ਦਾ, ਇਹਨੂੰ ਸਬਸਕ੍ਰਾਈਬ ਕਰ ਲਓ, ਇਹ ਤੇ ਕੰਮ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ, ਉਹ ਵੀ ਤੁਹਾਡੇ ਮਾਸੀ ਦਾ ਮੁੰਡਾ ਦੇਖ ਕੇ ਖੁਸ਼ ਹੋ ਜਾਏਗਾ। ਨਹੀਂ ਆਉਂਦੇ ਰਹੋ।